ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵਿੱਚ 22 ਮਾਰਚ ਦਿਨ ਐਤਵਾਰ ਨੂੰ ਇੱਕ ਦਿਨ ਦਾ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜੀ ਜਾ ਸਕੇ। ਇਸ ਦਾ ਪੂਰਾ ਅਸਰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਿਆ ਅਤੇ ਨਰਿੰਦਰ ਮੋਦੀ ਨੇ ਉਸੇ ਦਿਨ ਇਹ ਵੀ ਅਪੀਲ ਕੀਤੀ ਸੀ ਕਿ ਸ਼ਾਮ 5 ਵਜੇ ਭਾਰਤ ਦੇ ਲੋਕ ਆਪਣੇ ਬਨੇਰਿਆਂ ਉੱਤੇ ਖੜ ਕੇ ਉਹਨਾਂ ਲੋਕਾਂ ਦੇ ਲਈ ਤਾੜੀਆਂ ਵਜਾਉਣ ਅਤੇ ਘੰਟੀਆਂ ਤੇ ਥਾਲੀਆਂ ਵਜਾਉਣ ਜੋ ਪੂਰੇ ਦੇਸ਼ ਵਿੱਚ ਸਾਨੂੰ ਸੇਵਾਵਾਂ ਦੇ ਰਹੇ ਨੇ ਭਾਵੇਂ ਉਹ ਡਾਕਟਰ ਹੋਣ ਜਾਂ ਫਿਰ ਹੋਮ ਡਿਲੀਵਰੀ ਵਾਲੇ। ਸਾਰਿਆਂ ਨੂੰ ਸਾਡੇ ਵੱਲੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਸ ਦਾ ਅਸਰ ਵੀ ਦੇਖਣ ਨੂੰ ਮਿਲਿਆ। ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਨੂੰ ਲੈ ਕੇ ਤਾੜੀਆਂ ਅਤੇ ਥਾਲੀਆਂ ਵਜਾਈਆਂ ਗਈਆਂ ਨੇ। ਪੰਜਾਬ ਵਿੱਚ ਵੀ ਨਰਿੰਦਰ ਮੋਦੀ ਦੀ ਇਸ ਅਪੀਲ ਨੂੰ ਭਰਵਾਂ ਹੁੰਗਾਰਾ ਮਿਲਿਆ। ਚੰਡੀਗੜ੍ਹ ਹੋਵੇ ਜਾਂ ਫਿਰ ਸੰਗਰੂਰ ਹੋਵੇ ਭਾਵੇਂ ਮੋਹਾਲੀ ਹੋਵੇ, ਹਰ ਪਾਸੇ ਲੋਕਾਂ ਨੇ ਥਾਲੀਆਂ ਵਜਾ ਕੇ ਅਤੇ ਤਾੜੀਆਂ ਵਜਾ ਕੇ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਰਤ ਦੇ ਇਸ ਔਖੇ ਸਮੇਂ ਦੇ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਨੇ। ਇਸ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦਾ ਅਸਰ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਵੀ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ। ਕਿਸ ਤਰ੍ਹਾਂ ਲੋਕਾਂ ਨੇ ਤਾੜੀਆਂ ਵਜਾ ਕੇ ਅਤੇ ਥਾਲੀਆਂ ਖੜਕਾ ਕੇ ਇਹਨਾਂ ਲੋਕਾਂ ਦਾ ਧੰਨਵਾਦ ਕੀਤਾ ਤੁਸੀਂ ਖੁਦ ਹੀ ਦੇਖ ਲਓ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਜਿਹੜਾ ਅੱਜ ਪੂਰੇ ਵਰਲਡ ਦੇ ਵਿੱਚ ਫੈਲਿਆ ਹੋਇਆ ਹੈ, ਤਕਰੀਬਨ ਵਰਲਡ ਦੇ 160 ਕੰਟਰੀਜ਼ ਦੇ ਵਿੱਚ ਇਹ ਫੈਲਿਆ ਹੋਇਆ ਹੈ, ਇਹ ਬਹੁਤ ਘਾਤਕ ਇੱਕ ਵਾਇਰਸ ਹੈ ਜਿਹਦੇ ਨਾਲ ਤਕਰੀਬਨ 3 ਲੱਖ ਤੋਂ ਉੱਪਰ ਲੋਕ ਇਹਦੇ ਵਿੱਚ ਮਤਲਬ ਪੋਜ਼ਿਟਿਵ ਆ ਚੁੱਕੇ ਨੇ, ਜਿਹਦੇ ਵਿੱਚੋਂ ਮਤਲਬ ਤਕਰੀਬਨ 1 ਲੱਖ ਇਹ 'ਚੋਂ ਠੀਕ ਵੀ ਹੋ ਚੁੱਕੇ ਹੈ। ਪੰਜਾਬ ਦੇ ਵਿੱਚ ਵੀ ਇਹਦੇ ਤਕਰੀਬਨ 38 ਕੇਸ ਆਏ ਨੇ ਜਿਹਦੇ ਵਿੱਚੋਂ 6 ਪੋਜ਼ਿਟਿਵ ਵੀ ਆਏ ਨੇ। ਇਸ ਨੂੰ ਜਿਹੜਾ ਹੈ ਸਾਡੇ ਇੱਕ ਕੁਛ ਸੰਸਥਾਵਾਂ, ਪੁਲਿਸ ਮੁਲਾਜ਼ਮ, ਹੈਲਥ ਡਿਪਾਰਟਮੈਂਟ ਦੇ ਜਿਹੜੇ ਬੰਦੇ ਲੱਗੇ ਹੋਏ ਨੇ, ਜਿਹੜੇ ਕੁਛ ਡਿਲੀਵਰੀ ਬੋਆਏ ਨੇ, ਜਿਹੜੇ ਸਾਡੇ ਵਾਸਤੇ ਇਸ ਖਤਰਨਾਕ ਵਾਇਰਸ ਦੇ ਚੱਲਦੇ ਸਾਨੂੰ ਸਰਵਿਸ ਦਿੰਦੇ ਨੇ, ਸਾਨੂੰ ਪ੍ਰੋਵਾਈਡ ਕਰਦੇ ਨੇ, ਵਸਤਾਂ ਘਰਾਂ ਵਿੱਚ ਲਿਆ ਕੇ ਸਪਲਾਈ ਕਰਦੇ ਨੇ ਅਤੇ ਜਿਹੜੇ ਸਾਨੂੰ ਹੈਲਥ ਫੈਸਿਲਿਟੀ ਦੇ ਰਹੇ ਨੇ, ਉਹਨਾਂ ਨੂੰ ਹੌਸਲਾ ਵਧਾਉਣ ਵਾਸਤੇ ਅਸੀਂ ਇਹ ਸਾਰੇ ਲੋਕਾਂ ਨੇ ਰਲ ਕੇ ਇੱਥੇ ਇਹ ਥਾਲੀ ਵਜਾਉਣ ਦਾ, ਤਾਲੀ ਵਜਾਉਣ ਦਾ ਅਤੇ ਘੰਟੀ ਵਜਾਉਣ ਦਾ ਇਹ ਮੁਹਿੰਮ ਚਲਾਈ ਹੈ ਅਤੇ ਸਾਡੇ ਕੁਛ ਲੋਕਾਂ ਨੇ ਸੰਖ ਵਜਾਏ ਨੇ, ਸਾਡੇ ਬੱਚੇ ਵੀ ਇਸ ਮੁਹਿੰਮ ਦੇ ਵਿੱਚ ਹਾਜ਼ਰ ਨੇ ਅਤੇ ਸਾਡੇ ਮਤਲਬ ਲੇਡੀਜ਼, ਤੁਹਾਡੇ ਬਜ਼ੁਰਗ ਜਿਹੜੇ ਸਾਡੇ ਇੱਥੇ ਨਾਲ ਜੁੜੇ ਹੋਏ, ਸਾਡੇ ਸਾਰੇ ਲੋਕ ਇਸ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ। ਇਸ ਦਾ ਮੇਨ ਕਾਰਨ ਹੈ ਲੋਕਾਂ ਨੂੰ ਸੁਚੇਤ ਕਰਨਾ, ਲੋਕਾਂ ਨੂੰ ਅਵੇਅਰ ਕਰਨਾ ਤਾਂ ਕਿ ਲੋਕ ਜਿਹੜੇ ਆ ਇਸ ਜੋ ਖਤਰਨਾਕ ਭਿਆਨਕ ਬਿਮਾਰੀ ਆ ਇਸ ਦੇ ਬਾਰੇ ਸੁਚੇਤ ਹੋ ਜਾਣ ਅਤੇ ਇਸ ਨੂੰ ਜਿਹੜਾ ਹੈ ਵੱਧ ਤੋਂ ਵੱਧ ਜਿਹੜਾ ਇਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਸਭ ਤੋਂ ਪਹਿਲਾਂ ਤਾਂ ਮੈਂ ਸਲਾਮ ਕਰਦਾ ਹਾਂ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ, ਜਿਨ੍ਹਾਂ ਨੇ ਜੋ 22 ਮਾਰਚ ਦਾ ਦਿਨ ਜੋ ਰੱਖਿਆ ਹੈ ਜਨਤਾ ਕਰਫਿਊ ਰੱਖ ਕੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਇੰਨਾ ਸੁਚੇਤ ਕਰ ਦਿੱਤਾ ਹੈ। ਜੇ ਕਿਤੇ ਇਹ ਚੀਨ ਜਾਂ ਕਿਸੇ ਹੋਰ ਕੰਟਰੀ ਦੇ ਜਿੱਥੇ ਜ਼ਿਆਦਾ ਲੋਕ ਮਰੇ ਨੇ, ਸ਼ੁਰੂ ਦੇ ਵਿੱਚ ਅਵੇਅਰ ਕਰ ਦਿੰਦੇ, ਸੁਚੇਤ ਕਰ ਦਿੰਦੇ ਜਿਵੇਂ ਮੋਦੀ ਜੀ ਨੇ ਕੀਤਾ ਹੈ, ਤਾਂ ਹੋ ਸਕਦਾ ਕਿ ਉੱਥੇ ਇੰਨਾ ਜ਼ਿਆਦਾ ਨੁਕਸਾਨ ਨਾ ਹੁੰਦਾ। ਔਰ ਜਿਹੜੇ ਉੱਨਤ ਦੇਸ਼ ਨੇ ਉਹਨਾਂ ਦੇ ਜਿਹੜੇ ਖੋਜਕਾਰ ਨੇ, ਵਿਗਿਆਨੀ ਨੇ, ਸਾਇੰਸਦਾਨ ਨੇ, ਉਹ ਵੀ ਅੱਜ ਮੋਦੀ ਜੀ ਨੂੰ ਸਲਾਮ ਕਰ ਰਹੇ ਨੇ ਕਿ ਇਹ ਸਾਡੇ ਦਿਮਾਗ 'ਚ ਨਹੀਂ ਆਈ ਕਿ ਅਸੀਂ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਇਹ ਸੁਚੇਤ ਕਰ ਸਕੀਏ ਅਤੇ ਲੋਕਾਂ ਨੂੰ ਜਿਹੜਾ ਹੈ ਇੱਕ ਦਿਨ ਦੇ ਲਈ ਘਰਾਂ ਦੇ ਵਿੱਚ ਰੱਖੀਏ ਅਤੇ ਤਾਂ ਕਿ ਜਿਹੜਾ ਵਾਇਰਸ ਹੈ ਉਹ ਜ਼ਿਆਦਾ ਨਾ ਫੈਲ ਸਕੇ। ਅਤੇ ਨਾਲ ਹੀ ਉਹਨਾਂ ਲੋਕਾਂ ਦੇ ਅੱਜ ਅਸੀਂ ਸਲਾਮ ਕਰਦੇ ਹਾਂ ਜੋ ਕਿ ਇਸ ਬਿਮਾਰੀ ਨੂੰ ਠੱਲ ਪਾਉਣ ਦੇ ਲਈ, ਦੂਰ ਕਰਨ ਦੇ ਲਈ, ਇਸ 'ਤੇ ਮੁਕੰਮਲ ਖਤਮ ਕਰਨ ਦੇ ਲਈ ਜੋ ਲੋਕਾਂ ਦੀ ਸੇਵਾ ਕਰ ਰਹੇ ਨੇ, ਹਸਪਤਾਲਾਂ ਦੇ ਡਾਕਟਰ ਹੈ, ਚਾਹੇ ਪੁਲਿਸ ਹੈ, ਚਾਹੇ ਸਮਾਜ ਸੇਵੀ ਸੰਸਥਾਵਾਂ ਨੇ, ਉਹਨਾਂ ਦੇ ਲਈ ਜਿਹੜਾ ਸਟੇਜ ਕਰਨੇ, ਜੇਵੀ ਕਲੋਨੀ ਨਿਵਾਸੀਆਂ ਨੇ ਅੱਜ ਵੱਧ ਤੋਂ ਵੱਧ ਜਿਹੜਾ ਹੈ ਥਾਲੀਆਂ ਵਜਾ ਕੇ, ਸ਼ੰਖ ਵਜਾ ਕੇ, ਬੱਚੇ, ਬੁੱਢੇ, ਬਜ਼ੁਰਗ, ਬਰੌੜਤਾ ਸਾਰਿਆਂ ਨੇ ਇਸ ਦਾ ਵਿੱਚ ਸਾਥ ਦਿੱਤਾ ਹੈ। ਮੋਦੀ ਜੀ ਦੀ ਅਪੀਲ ਦੇ ਉੱਤੇ ਸਾਰੇ ਅਸੀਂ ਫੁੱਲ ਚੜਾਉਂਦੇ ਹਾਂ।